ਬੀਤੇ ਦਿਨੀ ਜੰਮੂ ਕਸ਼ਮੀਰ ਸਥਿਤ ਉਦਮਪੁਰ ਦੇ ਪਟਨੇ ਟਾਪ ਵਿਖੇ ਭਾਰਤੀ ਵਾਯੂ ਸੈਨਾ ਦਾ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ ਜਿਸ ਵਿੱਚ ਪਾਇਲਟ ਅਤੇ ਕੋ-ਪਾਇਲਟ ਦੀ ਮੌਤ ਹੋ ਗਈ। ਇਸ ਸਾਥ ਸੇਵ ਸ਼ਹੀਦ ਹੋਣ ਵਾਲੇ ਮੇਜਰ ਅਨੁਜ ਰਾਜਪੂਤ ਸੈਕਟਰ 20 ਪੰਚਕੁਲਾ ਦੇ ਵਸਨੀਕ ਸਨ। ਅਨੁਜ ਆਪਣੇ ਮਾਤਾ ਪਿਤਾ ਦੇ ਇਕਲੋਤੇ ਪੁੱਤਰ ਸਨ। ਅਨੁਜ ਦੇ ਪਿਤਾ ਡਿਸਟ੍ਰਿਕਟ ਕੋਰਟ ਪੰਚਕੁਲਾ ਚ ਵਕੀਲ ਅਤੇ ਮਾਤਾ ਸਰਕਾਰੀ ਟੀਚਰ ਹਨ ਜੋ ਪਿਛਲੇ 12 ਸਾਲਾਂ ਤੋਂ ਸੈਕਟਰ 20 ਪੰਚਕੁਲਾ ਸਥਿਤ जीएच 1040 सोसाइटी ਵਿੱਚ ਰਹਿੰਦੇ ਸਨ ਸ਼ਹੀਦ ਮੇਜਰ ਅਨੂਜ ਰਾਜਪੂਤ ਦਾ 18 ਸਤੰਬਰ ਨੂੰ ਜਨਮ ਦਿਨ ਮਨਾਇਆ ਗਿਆ ਸੀ ਅਤੇ 23 ਜੁਲਾਈ ਨੂੰ ਕਰੀਬ 2 ਮਹੀਨੇ ਪਹਿਲਾਂ ਅਨੂਜ ਦੀ ਮੰਗਣੀ ਦਿੱਲੀ ਵਿਖੇ ਹੋਈ ਸੀ ਹੈਲੀਕਾਪਟਰ ਹਾਦਸੇ ਦੀ ਖਬਰ ਸੁਣਦੇ ਹੀ ਅਨੂਜ ਦੇ ਮਾਤਾ ਪਿਤਾ ਉਦਮਪੁਰ ਲਈ ਰਵਾਨਾ ਹੋ ਗਏ ਜਦਕਿ ਅਫਸੋਸ ਕਰਨ ਵਾਲਿਆਂ ਦਾ ਤਾਂ ਤਾਂ ਉਹਨਾਂ ਦੇ ਘਰ ਦੇ ਬਾਹਰ ਲੱਗਾ ਨਜ਼ਰ ਆਇਆ ਸ਼ਹੀਦ ਮੇਜਰ ਅਨੂਜ ਰਾਜਪੂਤ ਨੇ 12ਵੀਂ ਤੱਕ ਦੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ ਅਤੇ ਐਨਡੀਏ ਦੀ ਸਿੱਖਿਆ ਉਹਨਾਂ ਵੱਲੋਂ ਦੇਰਾਦੁਨ ਤੋਂ ਪ੍ਰਾਪਤ ਕੀਤੀ ਗਈ ਪੰਚਕੁਲਾ ਤੋਂ ਸੁਖਵਿੰਦਰ ਸੈਣੀ ਦੀ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ